आनंद म्यूजिक प्रेजेंट्स आनंद पेश कर देने पालू अमली पालू आया अमली आया पालू आया अमली आया पालू अमली पालू अमली पालू अमली पालू आया अमली आया पालू आया अमली आया पालू अमली पालू अमली पालू अमली पालू अमली पालू आया बुजुर्गो वीरो भैनों ते बच्चियो तुहानू सब नू पता है पालू ने मेरी जिंदगी बदल दित्ती ते असी सारी पंचायत ने सर्वसम्मति दे नाल उस नू सरपंच चुन लिया तुहाडा वी इहदे विच बहुत वड्डा सहयोग है। अज पहला काम सरपंच साहब ने कीता है कि नशा छड़ाऊ कैंप लाया है। मैं बेनती करना सारलपाल सिंह जी नूं कि वह स्टेज ते आउण और इस कैंप बारे कुछ ना कुछ बोलण। सारलपाल सिंह जी सरपंच राय सर। मैं बहुता कुछ ना कहिंदा होया मोटियां मोटियां गल्लां तुहाडे नाल सांझियां करनियां चाहुंदा हाँ। इस नशा छडाऊ कैंप दे प्रति मैनूं पालू तों हरपाल सिंह सरपंच बनाउण तक मेरी घरवाली दलजीत कौर का बहुत वड्डा सहयोग है। मैं अपनी जिंदगी बारे जो मोटियां मोटियां गल्लां मेरे नाल वापरियां ने तुहाडे नाल सांझियां करनियां चाहुंदा हाँ वो इस तरह ने। सिगरट बत्ती जा बजवियां दी पत्ती जे झुंगड़ियां नसवारे जा रथड़ियां दे गवाड़ ओ जे सुन बुद्धू पड़ाके जा सुगेड़ियां वाले नाके। भानो करे है नी बकरी झुंगिया ओए कंजर दे होली बोल साले नू चोरी भी नहीं करनी आउंदी।
ਦੀ ਲਾਸ ਤੋਂ ਰੋਜ਼ ਰੋਜ਼ ਦੇ ਲਾਂਬਿਆ ਨੇ ਮੇਰੀ ਤਾਂ ਜਾਨ ਖਾਲੀ ਆ ਪਿਆ ਸਿਆਪਾ ਮੈਂ ਤੋਂ ਨਹੀਂ ਹੁੰਦਾ ਕਿੱਥੇ ਆ ਨਹੀਂ ਪ੍ਰਤਾਪੀਆ ਛੜਾਪੀਆ ਤੇਰਾ ਕੰਜਰ ਜੰਮਲਿਆ ਨਿੱਜ ਹੋਣਾ ਸਾਰਾ ਪਿੰਡ ਮੇਰੇ ਪਿਓ ਦੇ ਸਾਲਿਆਂ ਨੇ ਫਾਹੇ ਤੇ ਲਾਇਆ ਪਿਆ ਚਰਕ ਤੇ ਚੜਾਇਆ ਪਿਆ 12 ਦਿਨ ਹੋ ਗਏ ਅੱਜ ਮੈਨੂੰ ਰੰਡੀ ਨੂੰ ਰੰਡੀ ਚਾਹ ਪਿੰਦੀ ਨੂੰ ਨਹੀਂ ਮੈਨੂੰ ਤਾਂ ਅੱਜ ਪਤਾ ਲੱਗਿਆ ਵੀ ਉਹ ਚੁੰਗਦੇ ਨੇ ਮੇਰੀ ਬੱਕਰੀ ਮੈਂ ਤਾਂ ਕਹਿੰਦੀ ਆ ਪਏ ਜੇ ਅਸਮਾਨੋਂ ਗੋਲਾ ਇਹਨਾਂ ਨੂੰ ਭਲੇਗ ਦੇ ਜਾਣਿਆਂ ਨੂੰ ਨਾ ਕੀ ਗੱਲ ਹੈ ਨਹੀਂ ਕਿਉਂ ਲੋਤਰੋ ਚਲਾਈ ਐ ਕਿਹਨੇ ਚੁੰਗਿਆ ਤੇਰੀ ਬੱਕਰੀ ਹੈ ਫਫੇ ਕੁੱਟਣੀ ਕਿਵੇਂ ਲੱਗਿਆ ਕੁੱਤੇ ਵਾਂਗੂ ਭੌਂਕਣ ਮੈਨੂੰ ਫਫੇ ਕੁੱਟਣੀ ਦੱਸਦੀ ਐ ਫਫੜ ਦਲਾਲੋ ਨੀ ਰੰਡੀਆ ਤੇਰਾ ਖਸਮ ਪਾਲੂ ਚੁੰਗ ਕੇ ਆਇਆ ਮੇਰੀ ਬੱਕਰੀ ਨੂੰ 12 ਦਿਨ ਹੋ ਗਏ ਤੇਰੇ ਤਗੜੇ ਨੂੰ ਆਹੀ ਕਾਰੇ ਕਰਦੇ ਨੂੰ ਮਾਰਦੀ ਆ ਗੱਲਾਂ ਨੀ ਚੱਲ ਕੋਈ ਨਾ ਜੇ ਟੀਚਰ ਮਸਕਰੀ ਕਰ ਲਈ ਤਾਂ ਕੀ ਲੋੜਾ ਆ ਗਿਆ ਨੀ ਦਿਓਰ ਐ ਤੇਰੇ ਤੂੰ ਵੀ ਤਾਂ ਸਾਰਾ ਦਿਨ ਪਿੰਡ ਚ ਲੁੱਤੀਆਂ ਲਾਉਂਦੀ ਰਹਿਨੀ ਐ ਦੁੱਧ ਦੀ ਉਹ ਭੁੱਖੀ ਐ ਬਥੇਰਾ ਪਿਆ ਮੇਰੇ ਘਰੇ ਆ ਜਾ ਲੈ ਜਾ ਹਾਂ ਤੇਰੇ ਦੁੱਧ ਦੀ ਭੁੱਖੀ ਨਹੀਂ ਰੱਖ ਆਪਣੇ ਦੁੱਧ ਨੂੰ ਆਪਣੇ ਕੋਲੇ ਆਉਣ ਦੇ ਤੇਰੇ ਖਸਮਾਂ ਨੂੰ ਜੇ ਲੱਤਾਂ ਨਾ ਤੋੜ ਦੇ ਚੁੰਗੀ ਬੱਕਰੀ ਬਣਾ ਤਾਂ ਡਾਕਾ ਮਾੜੀ ਹੋਈ ਅਮਲੀ ਨਾਲ ਕੰਜਰ ਦਿਆ ਥੋੜੀ ਉਹ ਫੇਰ ਵੀ ਕਰਦੀ ਗੱਡੀ ਆ ਉੱਪਰ ਲੱਗਦੀ ਸਾਲੀ ਖਾਰੀ ਖਾਰੀ ਜੀ ਆ ਓਏ ਕੰਜਰ ਦਿਆ ਲੱਗਦਿਆ ਕਰਦੀ ਗੱਡੀ ਦਿਆ ਉਹ ਤੇਰੇ ਮੂੰਹ ਚ ਤਾਂ ਗਾਂ ਨੇ ਮੂਤ ਕਰਤਾ ਓਏ ਮੂਤ ਦੇਖੀ ਬਾਈ ਉਹ ਕਿਸੇ ਨੂੰ ਦੱਸ ਨਾ ਦੇਈ ਐਵੇਂ ਬੰਦੇ ਦੀ ਬੇਇੱਜ਼ਤੀ ਖਰਾਬ ਹੋ ਜਾਂਦੀ ਆ ਓਏ ਕੰਜਰ ਦਿਆ ਗਰੀਬਾਂ ਦੀ ਵੀ ਕਿਤੇ ਇੱਜ਼ਤ ਹੁੰਦੀ ਆ ਤੇਰੀ ਇੱਜ਼ਤ ਤਾਂ ਗਰੀਬਾਂ ਦੇ ਕੰਬਲ ਵਾਂਗੂ ਨੁੱਚੜੀ ਜਾਂਦੀ ਆ ਓ ਤੈਨੂੰ ਰਾਮ ਦੇ ਹੁੱਕੇ ਦਾ ਸੁੱਟਾ ਬਈ ਜੋੜਾਂ ਵਿੱਚ ਮੈਂ ਗਿਆ ਪਾਲੂ ਦੇ ਲਿਆ ਵੀ ਦਿਲ ਰਾਵਾਂ ਓਏ ਆ ਗਈ ਹੰਸ਼ਾਂ ਦੀ ਜੋਣੀ ਕਿਵੇਂ ਕਬੇੜਾ ਹੀ ਕਰਦਾ ਮੇਰੇ ਛਣੇ ਦਿਓ ਓ ਤੈਨੂੰ ਰਾਵਾਂ ਸਾਡੇ ਵਾਲੀ ਆਪਲਕ ਸੇਸੇ ਰੁੱਛ ਗਈ ਓਏ ਉਹ ਕਹਦਾ ਰੁੱਛ ਗਈ ਓਏ ਉਹ ਕਹਿੰਦੀ ਬਗਤੌਰੇ ਕੇ ਬੋਕ ਨੇ ਮੇਰੇ ਸਿੰਘ ਮਾਰਿਆ ਅੱਛਾ ਹੋਰ ਯਾਰ ਓ ਬੋਕ ਨੇ ਨਾ ਸਿੰਘ ਮਾਰਨਾ ਦੀ ਕੰਜਰ ਦਿਆਂ ਬੋਕ ਦੀ ਬਹੂ ਜਿਉਂ ਲੱਗਦੀ ਹੋਈ ਓ ਨਹੀਂ ਕਹਿੰਦੇ ਮੈਂ ਅੱਜ ਘੱਗਰਾ ਨਹੀਂ ਪਾਉਣਾ ਤੇ ਨਾਲੇ ਅੱਜ ਉਹਨੇ ਪਿਸ਼ਾਬ ਨਹੀਂ ਕਰਿਆ ਖੁੱਲ ਕੇ ਮੈਂ ਕਿਹਾ ਗੇੜਾ ਦਵਾ ਲਈ ਇਹ ਨਾਲ ਵੀ ਨਹੀਂ ਤੁਰੀ ਅੱਛਾ ਓਏ ਉਹਨੂੰ ਸਮਝਾ ਦੇ ਕੰਜਰ ਦੀਆਂ ਗੁੱਸਾ ਨਹੀਂ ਕਰੀਦਾ ਹੁੰਦਾ ਚੰਗਾ ਮੇਰੇ ਕੋਲੇ ਲਿਆਈ ਮੈਂ ਸਮਝਾ ਦੂੰਗਾ ਲੈ ਸੂਟਾਂ ਤਾਂ ਲਵਾ ਦੇ ਫਿਰ ਓਏ ਆ ਕਿਹੜਾ ਚੱਲਦੀਆਂ ਮੈਨੂੰ ਤਾਂ ਲੱਗਦਾ ਖਰਾਬ ਹੋ ਗਈ ਜਦੋਂ ਤੁਰਪੀ ਮੈਨੂੰ ਫੜਾ ਦੇ ਜਾਂ ਫੜਾ ਦੇ ਤਾਂ ਨਹੀਂ ਪੀਣੀ ਓਏ ਮਗਦਰੂ ਜੀ ਵੀ ਪਿਆ ਦਿਓ ਕਣਕਿਆਂ ਕੰਜਰਿਆਂ ਸਾਡਾ ਗੁਜ਼ਾਰਾ ਹੁੰਦਾ ਨੀ ਕਬੇੜਾ ਹੀ ਕਰਦਾ ਕੰਜਰ ਦਾ ਨਾ ਫੜ ਵਾ ਕਿੱਥੇ ਕਹਿ ਤੂੰ ਫੜਾ ਦੇ ਫੜਾ ਦੇ ਮੇਰੇ ਸਾਲਿਓ ਨਾਲੇ ਕੱਲ ਪਾਨੋ ਦੀ ਬੱਕਰੀ ਚੁੰਗ ਗਏ ਨਾਲੇ ਮੇਰਾ ਸਾਈਕਲ ਲੈ ਗਏ ਜੇ ਮੇਰੇ ਹੱਥ ਆ ਜਾਂਦੇ ਨਾ ਤੁਹਾਡੇ ਮੈਂ ਗਿੱਟੇ ਗਿੱਟੇ ਕੁੱਟਦਾ ਉਹ ਕਿਹੜਾ ਕੰਜਰ ਕਹਿੰਦਾ ਤੇਰਾ ਸਾਈਕਲ ਚੱਕ ਲਿਆ ਤੇਰਾ ਸਾਈਕਲ ਤਾਂ ਸਾਨੂੰ ਲੈ ਕੇ ਭੱਜ ਲਿਆ ਸੀ ਨਾਲੇ ਬੇਚਾਰਾ ਬਾਈ ਕਰਤਾ ਸਿਰ ਪਰ ਨੇ ਅਸੀਂ ਕਚੁੰਬਰ ਕੱਢ ਦਿੰਦੇ ਸਾਈਕਲ ਦਾ ਜੇ ਬਾਈ ਦੇ ਸੱਟ ਵੱਜ ਜਾਂਦੀ ਵੱਡਾ ਚੁਗਲਖੋਰ ਨਾਲੇ ਤੇਰਾ ਸਾਈਕਲ ਚੁਗਲਖੋਰ ਹੈ ਜਿਹਨੇ ਤੇਰੇ ਕੋਲੇ ਚੁਗਲੀ ਕਰਤੀ ਉਹ ਸਾਲਿਓ ਨੰਗੋ ਨਾਲੇ ਕਹਿੰਦੇ ਚੁਗਲੀਆਂ ਕਰਦਾ ਸਾਲਾ ਚੁਗਲੀਆਂ ਦਾ ਓਏ ਚੁਗਲੀਆਂ ਦਾ ਤੂੰ ਕਰਦਾ ਭਾਨੋ ਦੀਆਂ ਨਾਲੇ ਤੇਰੀ ਲਿਹਾਜਣਾ ਸਾ ਸਾਨੂੰ ਕਹਿੰਦਾ ਚੁਗਲੀਆਂ ਕਰਦਾ ਉਹ ਬਾਲਾ ਨਾ ਬੋਲ ਕੰਨੀ ਕੰਨ ਕੁੱਟ ਦੂੰਗਾ ਲੈ ਕੰਨ ਕੁੱਟ ਦੇਗਾ ਤੂੰ ਮੈਂ ਤੈਨੂੰ ਜਾਣਦਾ ਛੋਟੇ ਹੁੰਦੇ ਤੋਂ ਨਾਲੀ ਤੇ ਪਤਾ ਤੂੰ ਕਿਵੇਂ ਬੈਠਾ ਹੁੰਦਾ ਸੀ ਸਾਲਾ ਲੱਕੜ ਬੱਗਾ ਜਾ
ਐ ਬੈਠਾ ਹੁੰਦਾ ਸੀ ਤੂੰ ਨਾਲੀ ਤੇ ਓਏ ਹੋਰਾਂ ਨੂੰ ਤਾਂ ਉਸ ਵੇਲੇ ਸਾਹ ਨਹੀਂ ਆਉਂਦਾ ਇਹਦੇ ਹੱਥ ਚ ਨਾ ਗੁੜ ਲਪੇਟ ਕੇ ਰੋਟੀ ਫੜੀ ਹੁੰਦੀ ਬੇਬੇ ਅੱਜ ਮੈਂ ਪੂਰੀਆਂ ਅੱਠ ਢੇਰੀਆਂ ਲਾਤੀਆਂ ਉਹ ਬੇਬੇ ਪਤਾ ਕੀ ਕਹਿੰਦੀ ਬੁੱਧ ਨਜ਼ਰ ਲੱਗ ਜਾਂਦੀ ਹੁੰਦੀ ਹੈ ਮਿੱਟੀ ਪਾ ਦੇਈਦੀ ਹੁੰਦੀ ਹੈ ਗਿਣੀ ਦੀਆਂ ਨਹੀਂ ਹੁੰਦੀਆਂ ਫਿਰ ਕਹਿੰਦਾ ਬੇਬੇ ਧੋ ਦੇ ਇਹਦੀ ਬੇਬੇ ਪਤਾ ਕੀ ਕਹਿੰਦੀ ਕਹਿੰਦੀ ਪੁੱਤ ਆਪੇ ਇੱਥੇ ਸਾਰ ਲਾ ਐ ਬਹਿ ਜਾਂਦਾ ਇਹ ਮੈਂ ਜਾਣਦਾ ਇਹਨੂੰ ਅਸੀਂ ਫਿਰ ਅਸੀਂ ਸਾਰ ਲਾਂਗੇ ਅਸੀਂ ਅਸੀਂ ਸਾਰ ਲਾਂਗੇ ਐ ਗੁਰਦੁੱਤਾ ਕਰਦਾ ਹੁੰਦਾ ਸੀ ਸਾਲਾ ਕੰਨ ਕੁੱਟ ਦੂ ਉਹ ਸਾਲੇ ਐਵੀਂ ਭੌਂਕੀ ਜਾਂਦੇ ਨੇ ਸਾਲੇ ਜਬਲੀਆਂ ਮਾਰੀ ਜਾਂਦੇ ਐਵੀਂ ਓਏ ਪਾਗਿਆ ਪਾਗਿਆ ਕਿਤੇ ਦਹੀਂ ਦੇ ਭਲੇਖੇ ਪਕਾਰਾਂ ਗਾਲੀ ਓਏ ਬਾ ਓਏ ਯੋਦਿਆ ਬਾ ਆ ਮੂੰਹ ਤਣੀ ਦਰੀ ਮੰਗੂ ਝਾੜ ਕੇ ਰੱਖਦਾ ਆਈ ਲੋਟ ਆਉਂਦਾ ਕੰਜਰ ਦਾ ਮੇਰਾ ਸਾਲਾ ਬਾ ਦਾ ਬੰਬੂ ਕੈਟ ਦੀ ਚਾਬੀ ਅਲਿਆ ਦਿੱਲੂ ਰਾ ਮੈਂ ਸੂਟਾਂ ਲਈਏ ਯਾਰ ਧਰਮਰਾਜ ਵਰਗੇ ਆ ਓਹੀ ਲੱਗਦਾ ਧਰਮਰਾਜ ਕੀ ਹਾਲ ਚਾਲ ਆ ਬਾਈ ਹੋਰ ਵੀ ਅੜੀ ਆ ਚੱਲੋ ਵੀ ਕੁੜੀ ਪੱਕੀ ਓਏ ਖੜਜਾ ਇੱਕ ਮਿੰਟ ਯਾਰ ਧਰਮ ਸਿੰਘ ਸਾਡੇ ਪਿੰਡਾਂ ਕੰਨੀ ਦਾ ਅਸੀਂ ਗੱਲ ਕਰਨ ਆਏ ਆ ਆ ਮਹਾਰਾਜ ਸਮਝਾ ਕੇ ਰੱਖਿਆ ਕਰੋ ਇਹਨਾਂ ਨੂੰ ਆ ਦੇਖੋ ਬਈ ਖਾਤਾ ਜਾ ਸਾਡਾ ਵਿਆਹ ਦੀ ਗੱਲ ਕਰਨ ਆਏ ਸੀ ਅਸੀਂ ਤਾਂ ਉਹ ਕੱਢੋ ਆਪਣੀ ਵਿਆਹ ਮਾਤਾ ਨੂੰ ਕਿੱਥੇ ਆ ਸਾਡਾ ਵੀ ਵਿਆਹ ਦੱਸੋ ਕਦੋਂ ਹੋਊਗਾ ਮਹਾਰਾਜ ਇਨ ਪ੍ਰਾਣੀਓ ਕੋ ਤੋ ਯਹਾਂ ਬੁਲਾ ਹੀ ਨਹੀਂ ਗਿਆ ਉਹ ਮਹਾਰਾਜ ਬੁਲਾਇਆ ਨਹੀਂ ਗਿਆ ਅਸੀਂ ਵਿਆਹ ਦੀ ਗੱਲ ਕਰਨ ਆਏ ਸੀ ਉਹ ਖਾਤਾ ਦੇਖੋ महाराज अगले महीने इन दोनों का विवाह होने वाला था मगर इन्होंने कोई पुण्य का काम तो किया ही नहीं यही तो विवाह में अड़चन है ओए महाराज पुण्य पण दा कर दांगे इस गल दी पूरा प्रमाण ना करो जेड़ा कोई लैण देण दी गल आ उस गल पिछे भी संगे होरा ए संगण दी कोई गल नहीं जी कार दे हाथ च नहीं संगण दी लोड़ तुसी दसो आदा चाह पानी ले लो जेड़ा लेना ए मूर्ख प्राणी हमारे जहां रिश्वत नहीं चलती ओ क्यों मारा झूठ बोल दियो बाला कर दो तुसी 500 ले लो ओ छोटे गेट वाले संतरी ने तो 100 रुपया लिया मैं तो हुणे हुणे हैं आ देखो महाराज आ मेरे वाला 100 दा नोट है तुसी कहीं जानो रिश्वत नहीं चलती ए जमदूत इसको सजा मिलेगी और वश मिलेगी महाराज दी ड्यूटी गेट ते ना लाया करो जी लैण हाजिर करो इनू प्राणी अब तुम जा सकते हो ओ महाराज एड्डी दूरों चल के आया ओ चाह पानी का नहीं प्रबंध करना अच्छा आप ऐसे नहीं मानेंगे मैं तैनू आज परखने आया ਪੰਨੀਏ ਸੱਜ
मनिए सज व्याही लाके धर तेरे ते खोपा मैं ता तैन पीर मना पीर मना पर मेरा भी तोपा मैं ता तैन पीर मना पीर मना पर मेरा भी तोपा मैं ता तैन पीर मना पिंड दे जांदे तेरी करनी दे बलहारे शर्म रता ना आउंदी तैनू अमली फिर निकवारे कई बार दुध नाल पीर जी कई बार दुध नाल पीर जी हड़ा दास ने तोता मैं ता तैनू पीर मना पीर मना पर मेरा भी तोपा मैं ता तैनू पीर मना पर मेरा भी तोपा मैं ता तैनू पीर मना खड़ जांदी नूं दे सिर तों पानी बार के तां पी लैंदी वे पुत पानी बार के पीण नूं तां बथेरा जी करदा पर मैं तैनूं आए पुछदी आं वी तेरे खाने च गल कदों बढ़ूगी वे हुण तूं न्याणा नहीं रहा सियाणा हो गया कुछ फिक्र करिया कर नाले मेरा नाले आपदा देख पुत तेरा बापू तां मर गया वे मैनूं छड्ड गया उरे फाहे पाउण नूं तूं तां अमली बन गया हुण मैं दस किहदे सहारे दिन कट्टा सोचिया कर मेरा शेर जे तेरा ही हाल रहा मैं ता दस दिन नहीं कटाउंदी मैं ता ही सोचदी हां मेरे मगरों चंद्रिया तेरा की बनूगा मैं ता ही सोची जांदी हां बेबे सोचदा ता बहुत पर शरीर नहीं साथ दिंदा मिट्टी बनया पिया जमा मैं हुण दस की करा बे पुत सोचिया कर देख तेरे ताई दी हवेली बारे सोचा कर किमें आसमाना नाल गल्लां करदी है मैनू भी कढ दिया नरक वर्गी जिंदगी चो वे मेरी सारी उम्र आ चौंपड़ी च कटूगी तेनू क्यों नहीं टाइम हैगा मेरी दुख तकलीफ सुनन दा ओ ताई एदे कोल किथे वेल है तेरी दुख तकलीफ सुनन दा नाले तेरा ता ताई पिंडा मच रहा है मैनू ता लगदा तेनू ताप फेर चढ़िया होया तू ऐ कर ਐਵੇਂ ਹੌਸਲਾ ਨਾ ਟਾ ਮੇਰੇ ਨਾਲ ਚੱਲ ਆਪਣਾ ਡਾਕਟਰ ਸ਼ਮਿੰਦਰ ਆਇਆ ਹੋਇਆ ਉਹਨੂੰ ਆਪਾਂ ਚੈੱਕਅਪ ਕਰਾ ਲਈਏ ਚੱਲ ਉੱਠ ਖੜੀ ਹੋ ਚੱਲ ਜਿਵੇਂ ਤੇਰੀ ਮਰਜ਼ੀ ਉਹ ਨਾਲੇ ਤੂੰ ਵੀ ਇੱਥੇ ਸਾਰਾ ਦਿਨ ਮੰਜੀਆਂ ਤੋੜਦਾ ਰਹਿਣਾ ਪਿੰਡ ਵਾਲਿਆਂ ਤੋਂ ਲਾਂਭੇ ਲੈਂਦਾ ਰਹਿਣਾ ਕੋਈ ਕੰਮ ਕਾਜ ਕਰ ਲੈ ਕੋਈ ਕੰਮ ਕਾਜ ਚੱਲ ਤਾਈ ਮੈਨੂੰ ਚਾਹ ਤਾਂ ਦੇ ਜਾਂਦੀ ਘੁੱਟ ਕਰਕੇ ਉੱਠਿਆ ਨੀ ਜਾਂਦਾ ਮੈਂ ਇੱਥੋਂ ਦਾ ਕੀ ਕਰੀਏ ਓਏ ਬਾਰੂਸਿਆ ਉਹ ਮੈਂ ਤਾਂ ਗਿਆ ਓਏ ਛੋਟੇ ਭਾਈ ਕਰ ਕੋਈ ਪ੍ਰਬੰਧ ਆ ਲੈ ਫੜ ਤੇਰਾ ਹੀਲਾ ਹੀ ਕਰਕੇ ਆਇਆ ਆ ਲੂਮੂ ਲੂਮੂ ਢਿੱਲਾ ਕੋਈ ਇਹ ਖਾ ਇਹ ਦੇ ਸਵਰਗਾਂ ਦੇ ਨਜ਼ਾਰੇ
तू आए कर छोटे भाई छेती जने पानी लिया तौड़े चो भर के मैं ले आऊना तू आ माड़ा मोटा पुरिया सुरिया का लिया मच गया वो काल जा लिया लिया छेती जा मुक्या पै बेतारी बस भी करो भाई हुण मैं तो थकी पई हां रोटी खा लो ताई हजे तो नशा जा नहीं बनया नाले ताया हां चाची नाल तेरा दस की बैर सी ए कितने टीचर कर बैठा ओनु आही सुई कुत्ती वांगू कहंदी मेरी बाह ते हाथ लाता मैं तो खानदान दी कुड़ी हां पता सारी आए दस बेटा जे आए ओदी बाह नु हाथ ला गया जान निकलेगी जट्टी टप पी फिर तेन पता जट दी अड़ी दा मैं आख्या नेरी लिया लगे नेरी लिया आओ फिर दिया बोजरी चुगदी गोहे आ देख सुख ना हवेली और झोपड़ी च बैठी है कदे किसे ते कुछ मांग लिया कदे किसे ते कुछ मांग लिया जट के बना दी ना सरदारनी देख ला 25 किले बना दे 25 किले बना दी ना सरदारनी गोज दिया हवेली मैं सुनिया ओनू कोई साक कराउंदा है की साक आ साग ना मेरे साले नू डोला ओ कमल गया साग केड़ा ओनू कर दू किसे दा मेरे साले ने पेच खोल लिया किसे दा पटा ला लिया और चौथे सुनिया मेरा साला की लेके कदे कद्दू ही तोड़ लिया ओनू पाल दिया साग नाले जिन्ना चिर मैं बैठा जट दी कंडी च जान है मगत्यारो साग नहीं खोल दिंदा साग फिकर ना करी आ 25 दे 25 किले लेते ना तेनू दो रहते हैं दो तारी और जट के 5-4 दिन की गल है भी जट की मुठ्ठी च होणगे देखी घुक दी कार आ चिट्टा जा कोका लागना ऐड लिया लू ऐड फिकर की करती है ताया ए दस हाँ भी अपना पालू नशे खान क्यों लग गया ओ छट तारी ये गल्ला मैनू पता सी नागा दे पुत नाग हुंदे आ पुत नाग मैं पहले दिन में मेरे साले नू बाटी च पा के देण लग गया चोर को चाह दी आ फिर दा अमली बणया कदे के दी बकरी चुंगली कदे के दे छतड़े ते चढ़ गया इउं सकील सी मेरे सच ताया सारा लाका डरदा तेरे को पर तू चाची तो डरदा ओए ता तेरी गल जमा पक्की है जदो ये झाक दी ना मेरे नहीं आया मेरी तो लेर निकल जाती है डर जा मगदार को लिया रोटी खा के तो थोड़ा डर वाला लगता भी जा पहले सिंह जी आगे आबू जी पहले सिंह जी राम राम जी राम 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 सत श्रीकाल और की हाल चाल है जी हां जी ठीक ठाक छोटे सर ते हाल चाल ठीक जी बैठो जी बैठो बैठो ए बेला दी मम्मी पता लगू आटा सटा जा कर लेने जी हां जी आटा सटा जा कर लो ये अपना हो गया जी 2, 4, 6, 7.5 ई अपना 2 घट 38 रुपया हो गया जी सीधा हिसाब है जी ₹70 ਦਾ ਜੀ 70 ਰੁਪਏ ਦਾ ਹਾਂਜੀ 70 ਰੁਪਏ ਦਾ
चलो ठीक है जी। हाँ जी। आ तुसी रख लो परना मैं फेर ले लूंगा। हाँ जी परना तुसी फेर ले जाओ जदा मर्जी कोई गल नहीं। हाँ ठीक है जी। हाँ राम राम के राम राम जी। राम राम शेठ जी। हाँ जी ओ जड़ी बोतल पई है की ओ कहने वाली है भला ये बोतल है सिरके वाली है जी सिरके वाली सिरके वाली कड़ा मैं सर्च मारनी है। हाँ जी आ तुसी ऐ करो आओ जड़े बल्ब पए है ये कहने वाले है भला ये बल्ब जी बहुत बढ़िया कंपनी दी है जी ये 8 रुपए दा पै जूगा रात नु मच्छर नु भजा दंदा जी मच्छर नहीं सड़े नरदा है मच्छर दा साले बाले खांदे ने। हां शेठ जी। हाँ जी चलो 10 रुपए हुए ना। हां जरूर लेके जाऊ मैं ना ले जी टॉफी दे दो एक अद्धी। हां जी टॉफी ले लूंगी दो टॉफी दो दो। हां जी ये अपना 1 रुपए का टॉफी का मैं लिख लेना जी 1 रुपए आ लिख लो जी खाते च। हां जी 1 रुपए चंगा नहीं राम राम जी सर राम राम जी। हां अपने दादा जी की दुकान खुली रहती है जब मर्जी रात को हाक मार लियो जी। हां मैं तो चेपी लागे रब तेन बच्चा दे तेरा सुहाग बनिया रहे और ठीक है पुत ताई बिलकुल ठीक है दूसरा बस ठीक है पुत लै धीए मैं तेरे को एक काम आई ना चाहे रख लै चाहे कढ दे देखो मां जी तुहाडे पुत्तर दा घर है मैं रखण वाली भी ते कढण वाली कौन हुंनी है कुड़े जिउंदी रहती है जवानियां माणे देख पुत्त मैं ता तेनु आए कहण आईया तू अपदे देवर पालू वास्ते भी इक सोहणी जी कुड़ी लभ ले हुण अपदे वर्गी देखो ताई मेरी गल दा गुस्सा ना करियो अपने पालू अमली वास्ते कुड़ी देण वास्ते कोई नहीं तैयार होऊगा नशे करदा नशियां दा आदि चोरां दा चोर देखो मां जी अपनी धी कौन देऊगा धी अपनी डोबणी ओ ता तेरी गल सियाणी है पुत्त पर फिर भी जुम्मेवारी भी कोई चीज होंदी है मैं ता तीए जुम्मेवारी तेरी झोली च पाती तेरे बिना इस टिब्बे ते पानी होर कोई नहीं चढ़ सकदा देखो ताई टड पाड़िया रत निकलदी है पर सच नहीं अपने पालू नु कुड़ी ता की कोई बकरी भी नहीं देके राजी मखा जिम्मे मर्जी कर पुत भावे मेरा पुत मैं तो पैरी चुन्नी तरा ले छड़ी होई किसे थां दी किवे मां दियां मिणता कराउंदी है किवे पैरी चुन्निया तरांदी है ओ ताई तू फिकर ना कर मैं आपी जाऊंगा करूंगा कोई हिलदा जाके चल कोई ना पुत तू गर्म ना हो तू रोटी खा ले कोई ना थी एदी गल दा बुरा ना मनी एदा ता सुभाए गर्म है चल थोड़ी दोहां दी कृपा नाल आपे तो पापा रह जाओ पालू दा चंगा पुत मैं जानिया तू मुंडे नु रोटी खवा ला ना दस नी मेनू की घाट है पालू च अमाड़ी मोटी फीमी खा लेंदा होर किसे दंदिया तरी वड़दा हैगा ओ कर्म कमाइए जगर दे अमली नू आपा साक कराइए जगर दे अमली नू चल आपा साक कराइए जगर के अमली नू ਕੱਟੀ ਬੱਚਾ ਸਾਹਮਣੇ ਤੱਕ
अपने दम ते इस कमले दी जिंदगी सफल बनावे, अपने दम ते इस कमले दी जिंदगी सफल बनावे। सिदक सिरड ते जत जत वाली, सिदक सिरड ते जत जत वाली, लिया किधरों टकराइए जगर दे अमली नू, कल आपा साग कराइए जगर के अमली नू, कल आपा साग कराइए जगर के अमली नू। तोड़ नशे दी पेंदी जद अग्गा पिछा ना देखे, पै कहनिया हैंडल इसने बहुत करां दे बेते, पै कहनिया हैंडल इसने बहुत करां दे बेते। गिलरन सीके वाले वर्गे, गिलरन सीके वाले वर्गे, मारन गे वे पानी खूह विच क्यों सटिए, आपा कुड़ी बेगानी खूह विच क्यों सटिए, दे आपा कुड़ी बेगानी खूह विच क्यों सटिए। कल आपा साग कराइए जगर दे अमली नू, कराइए जगर के अमली नू, ते आपा कुड़ी बेगानी खूह विच क्यों सटिए, कल आपा साग कराइए जगर के अमली नू। पालू अमली, पालू अमली, पालू अमली, पालू अमली। अज ते 100 रुपए दा कम हो ही गया। ओ गल सुनो, गल सुनो, आ पाइप किथे चक लिया? मैं तैनू कोई शक है? आहो साड़ी मोटर तो चक लिया तू, छोटी वाली है? अच्छा, ओ मैं भाई भुलेखे ना चक लिया, तो तेरी धूड़ा जी कोई गल ला जी फिर। पालू से ओ महिला दा पटा भी इन्हां दा ही होना फिर। ओ तुर पटा मु कंजर दा गल च लवेटी फिरदा, ओ अगले दा पटा तू क्यों चक्की फिरदा, ला इहदा पटा, तू ही लांबा दवाएगा मेरे यार। चल चलिए, गल सुनो, पाइप जिथे लै चक मोटर ते रख के आओ। क्यों तू बड़ा नडू खान, पाइप छड के आऊ इन्हां दा, कल नू तू कहेगा साडी कोई होर चीज छड के आओ। चलो चलिए, मैं छोटा गिट्टी गिट्टे कुट दूंगा। तू गिट्टे किवें कुट देगा बई, तेरा की चक लिया हुआ? ओए 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 बारू जा, ओए बारू जा, पालू अमली, पालू अमली, पालू आया अमली आया, पालू आया सानू भी दे जा कोई तकड़ा खर्चना। चार नहीं दे जा कोई, आए है फुला ना डक्की फिर। ओए बारू भाभी आ गई, ओए भाभी आ गई। ओए पालू एक मिनट गल सुन के जा, ना ये तेरे की लगदे ने, इन्हां दी तियां पैणा नहीं, सत दे मगर लगे ने छेड़दे, उतरिया ने खेडा भी नहीं देखण दिता। पालू मैं अपनी भैण दा रिश्ता लेके आई तेरे वास्ते, तू की करतूता करता फिरदा, जेकर यही करतूता करेगा तो मैं रिश्ता वापस मोड़। ओ नहीं, गड्डियां वाली की सही थी भैन। ओ नहीं नहीं भाभी बन के देखी कि ते आ काम कर दे, तू हुण पक्का करया ही ना रिश्ता, आ लै मैं तां तेरे पैरी पग धर दिना भाभी बन के, सत लकीर कढ दिना नक नाल। ले भाभी सौ बड़े महाराज जी, जे मैं मुड़के शरारत करा हुण ना कितने जवाब दे दी। कोई हरकत नहीं होनी चाहिए, आ चक अपनी पग, रिश्ता पक्का। जदू आई चक दे मर गई गल। जश्न मनाने आया अमली दा व्याह, आपां जश्न मना।
ਖੁਸ਼ੀ ਦਾ ਵਕਤ ਕਿਹੜਾ ਨਿੱਤ ਨਿੱਤ ਆਉਣਾ ਝੋਟੇ ਵਾਂਗ ਰਾ ਸ਼ਿੰਗਾਰ ਆਪਾਂ ਅਮਲੀ ਲੈ ਜਾਣਾ ਐਸਾ ਖੁਸ਼ੀ ਦਾ ਵਕਤ ਕਿਹੜਾ ਨਿੱਤ ਨਿੱਤ ਆਉਣਾ ਝੋਟੇ ਵਾਂਗ ਰਾ ਸ਼ਿੰਗਾਰ ਆਪਾਂ ਅਮਲੀ ਲੈ ਜਾਣਾ ਐਸੀ ਕਰੀਏ ਤਿਆਰ ਸਾਰੇ ਹੋ ਜੇ ਬਾਬਾ ਆਪਾਂ ਜਸ਼ਨ ਮਨਾਉਣੇ ਆਪਾਂ ਜਸ਼ਨ ਮਨਾਉਣੇ ਆਇਆ ਅਮਲੀ ਦਾ ਵਿਆਹ ਆਪਾਂ ਜਸ਼ਨ ਮਨਾਉਣੇ ਆਇਆ ਅਮਲੀ ਦਾ ਵਿਆਹ ਨਸ਼ੇ ਪੱਤੇ ਤੋਂ ਬਗੈਰ ਯਾਰੋ ਭੰਗੜਾ ਨੀ ਪੈਣਾ ਵਿਆਹ ਤੋਂ ਮਗਰੋਂ ਵੀ ਆਪਾਂ ਕਈ ਦਿਨ ਖੀਵੇ ਰਹਿਣਾ ਨਸ਼ੇ ਪੱਤੇ ਤੋਂ ਬਗੈਰ ਯਾਰੋ ਭੰਗੜਾ ਨੀ ਪੈਣਾ ਵਿਆਹ ਤੋਂ ਮਗਰੋਂ ਵੀ ਆਪਾਂ ਕਈ ਦਿਨ ਕਿਵੇ ਰਹਿਣਾ ਘਰੋਂ ਗੁੜ ਦਾ ਕੋਈ ਹਿਲਾ ਘੜੇ ਛੱਡੀਏ ਨਪਾ ਆਪਾਂ ਜਸ਼ਨ ਮਨਾਉਣੇ ਆਪਾਂ ਜਸ਼ਨ ਮਨਾਉਣੇ ਆਇਆ ਅਮਲੀ ਦਾ ਵਿਆਹ ਆਪਾਂ ਜਸ਼ਨ ਮਨਾਉਣੇ ਆਇਆ ਅਮਲੀ ਦਾ ਵਿਆਹ ਨਿਵਾਸੀ ਕੱਢੇ ਵੱਡਿਆਂ ਨਾਲ ਧੱਕੇ ਨਾਲ ਹੋਣਾ ਨਿਯਤ ਹੋਇਆ ਹੈ ਸੋ ਆਪ ਜੀ ਨੇ ਸਾਡੇ ਵੱਲੋਂ ਸੀਵਰੇਜ ਦੀ ਮਹਿਕ ਵਰਗਾ ਸੱਦਾ ਕਬੂਲ ਕਰਦੇ ਸ਼ਮਸ਼ਾਨ ਘਾਟ ਪੈਲਸ ਮੁਰਦਿਆਂ ਵਾਲਾ ਬਾਈਪਾਸ ਰੋਡ ਬੇਸ਼ਰਮਪੁਰਾ ਵਿਖੇ ਅਫਸੋਸ ਭਰਿਆ ਮੂੰਹ ਲੈ ਕੇ ਮੁਰਦ ਘਾਟ ਦੇ ਸ਼ੈੱਡ ਥੱਲੇ
ਗੁਆਂਢੀਆਂ ਸਹਿਤ ਪਹੁੰਚਣ ਦੀ ਕਿਰਪਾਲਤਾ ਕਰਨੀ। ਪਹੁੰਚਾਂਗੇ ਪਹੁੰਚਾਂਗੇ। ਸੋ ਅਜਿਹੇ ਮੌਕੇ ਤੁਹਾਡੇ ਵਰਗੇ ਕੱਡੇ ਵੱਡੇ ਤੇ ਲੁੱਚੇ ਲੰਡਿਆਂ ਨਾਲ ਹੀ ਸੋਭਦੇ ਨੇ। ਦੁਣ ਪਿੰਡੇ ਮੂੰਹ ਕੰਜਰ ਦਾ ਮੈਂ ਕੰਜਰ ਦਿਆ ਵਿਆਹ ਦਾ ਕਾਣਕ ਮਰਗਦਾ ਹੈ। ਦੁਣ ਪਿੰਡੇ ਮੂੰਹ ਸਹੁਰਾ ਮੈਂ ਤੋਂ ਜੁੱਤੀਆਂ ਨਾ ਖਾ ਲਈ ਤੂੰ। ਉਹ ਗੁੱਸੇ ਕਾਹਨੂੰ ਹੁੰਦਾ ਮੇਰੇ ਯਾਰ, ਜੇ ਨਹੀਂ ਪਸੰਦ ਦਾ ਨਾ ਸਹੀ ਮੈਂ ਕਿਹੜਾ ਤੈਨੂੰ ਧੱਕੇ ਨਾ ਛਪਾਉਣ ਨੂੰ ਕਹਿੰਦਾ। ਓ ਮੈਂ ਤਾਂ ਸਵਰਨੇ ਨੂੰ ਪੁੱਛ ਕੇ ਲਵਾਉ ਲਿਖਾਉਂਗਾ ਕਾਰਡ। ਉਹਨੇ ਏਡਾ ਵੱਡਾ ਬੇੜਾ ਬੰਨੇ ਲਾ ਤਾ, ਕਾਰਡ ਦੀ ਕੀ ਗੱਲ ਕਰਦਾ। ਓ ਚੱਲ ਫਿਰ ਉਹਨੂੰ ਪੁੱਛ ਲਈ, ਮੇਰੀ ਕਾਹਨੂੰ ਬੇਇੱਜ਼ਤੀ ਖਰਾਬ ਕਰੀ ਜਾਂਦਾ। ਤਕਲੇ ਖੁਰਚਨੇ ਲੈ ਲੋ ਕੁੜੇ ਤਕਲੇ ਖੁਰਚਨੇ, ਵੱਠਲ ਬਾਲਟੀਆਂ ਨੂੰ ਥੱਲੇ ਲਵਾ ਲੋ ਕੁੜੇ ਤਕਲੇ ਖੁਰਚਨੇ ਲੈ ਲੋ। ਨੀ ਅੰਮਾ ਹਾਂ, ਨੀ ਮੁੱਠੀ ਦਾਣਿਆਂ ਦੀ ਦੇ ਦੇ। ਹਾਂ ਮੇਰੇ ਪਿਓ ਦੀ ਰਾਨਾ, ਮੁੱਠੀ ਦਾਣਿਆਂ ਦੀ ਦੇ ਦੇ ਇਹਨੂੰ ਨਾ, ਮੇਰੀਆਂ ਬੱਕਰੀਆਂ ਚਰਾ ਕੇ ਲਿਆਈਆਂ ਹਰਾਂਬੜੇ। ਨੀ ਆਏ ਨਾ ਕਰ ਅੰਮਾ, ਤੁਰ ਜਾ ਇੱਥੋਂ, ਕਿਤੇ ਮੇਰੇ ਤੋਂ ਤੱਤੀ ਦਾਤੀ ਨਾਲ ਵਾਲੀ ਸੌਕੜ ਨਾ ਹੋਵੇ ਕਿਸੇ ਥਾਂ ਦੀ। ਦੇ ਦੇ ਇਹਨੂੰ ਦਾਣੇ। ਨੀ ਇਹ ਤਾਂ ਵਾਲੀ ਤਫੀ ਪਈ ਹੈ, ਮੈਂ ਤਾਂ ਪਿੰਡਾਂ ਦੇ ਖੱਖਰ ਨੂੰ ਛੇੜ ਲਿਆ ਸੀ। ਚੱਲ ਕੁੜੇ ਗੇਜੋ ਲੰਡਰ ਚੁਗਲੋ, ਸਾਰਾ ਪਿੰਡ ਗਾਉਂਦੀ ਫਿਰਦੀ, ਕੋਲੇ ਨੀ ਕੱਚਦੀ ਫਿਰਦੀ ਜੇ ਲੰਡਰ ਨਾ ਹੋਵੇ ਕਿਸੇ ਥਾਂ ਦੀ। ਦੇ ਦੇ ਇਹਨੂੰ ਦਾਣੇ ਦੀ ਮਤ। ਪੱਠੀ ਵਾਲੀਏ ਚੰਬੇ ਦੀ ਡਾਲੀਏ, ਨਿਜਾਰਾਂ ਦਾ ਪੁਰੰਗਾ ਪੁੰਨ ਦੇ ਪੱਠੀ ਵਾਲੀਏ ਕਿਵੇਂ ਆ ਪਾਨੋ। ਬੇ ਆ ਜਾ ਵੇ, ਬਹਿ ਜਾ ਤਾਰੀ। ਬੇ ਮੈਂ ਤਾਂ ਕੰਜਰਾ ਤੈਨੂੰ ਸਵੇਰ ਦੀ ਉਡੀਕਦੀ ਆ, ਅੱਜ ਸਵੇਰ ਦਾ ਨੀ ਮਿਲਿਆ ਕੋਈ ਚੁਗਲੀਆਂ ਕਰਨ ਨੂੰ, ਮੇਰੇ ਤਾਂ ਜਣੀ ਗੋਲਾ ਜਾ ਬਣਿਆ ਪਿਆ। ਮੈਂ ਪਿੰਡ ਦੀ ਸੁਣਾਉਣਾ ਤੈਨੂੰ ਨਵੀਂ ਗੱਲ। ਹਾਂ ਸੁਣਾ ਫਿਰ। ਓਏ ਆਪਣੇ ਪਾਲੂ ਅਮਲੀ ਨੂੰ ਸਾਕ ਹੁੰਦਾ ਸਾਕ। ਉਹ ਮੈਂ ਮਰ ਗਈ ਬੇ, ਉਹਦਾ ਕੌਣ ਸਾਕ ਕਰਾਉਣ ਲੱਗਿਆ, ਕਿਹੜਾ ਵਿਚੋਲਾ ਬਣ ਗਿਆ ਮੇਰੇ ਪਿਓ ਦੇ ਸਾਲੇ ਦਾ। ਉਹ ਕੋਈ ਬਣਿਆ ਤਾਂ ਹੋਊ, ਆਪਾਂ ਇਹੀ ਤਾਂ ਪਤਾ ਲਾਉਣਾ ਹੈ। ਠੀਕ ਹੈ ਬੇ ਤਾਰੀ, ਤੂੰ ਆਏ ਕਰ, ਤੂੰ ਚੱਲ ਉਹਨਾਂ ਦੇ ਘਰ, ਮੈਂ ਆਉਂਦੀ ਆ ਤੇਰੇ ਮਗਰ ਮਗਰ। ਜੇ ਝੁੱਗਾ ਨਾ ਚੌਲ ਕਰਦਾ ਕੰਜਰ ਦੇ ਦਾ, ਦੇਖਾਂ ਕਿਵੇਂ ਲਿਆਉਂਦਾ ਡੋਲਾ ਮੇਰੇ ਪਿਓ ਦਾ ਸਾਲਾ। ਮੇਰਾ ਨਾਂ ਵੀ ਪਾਨੋ ਆ ਪਾਨੋ, ਤੂੰ ਚੱਲ ਆਉਣੀ ਆ ਮੈਂ ਤੇਰੇ ਮਗਰੇ। ਠੀਕ ਹੈ ਚੱਲਦਾ ਮੈਂ ਤਾਂ। ਆੜੀਆਂ ਤੂੰ ਆੜੀ ਰਣ ਸਿਓ, ਆੜੀਆਂ ਤੂੰ ਆੜੀ ਓਏ ਓਏ, ਜੁਆ ਤੇਰੇ ਸਿਰ ਵਿੱਚ ਭਰੀ ਕਰ ਨਾਲ ਦਾੜੀ ਓਏ, ਆੜੀਆਂ ਤੂੰ ਆੜੀ। ਚੁੱਪ ਪਾਲੂ ਰਾਮਾ, ਐਵੇਂ ਬੇਇੱਜ਼ਤੀ ਜੀ ਕਰਦਾ ਰਹਿਣਾ ਥਾਂ ਥਾਂ ਤੇ। ਓਏ ਯਾਰ ਮੈਂ ਕਿਹੜੀ, ਤੂੰ ਖੜ ਜਾ ਖੜ ਜਾ। ਤੇਰੇ ਸਾਲੇ ਲੋਕ ਨਾ ਠੁੱਲ ਰੁਪਈਏ ਵਾਂਗੂ ਥੁੱਕ ਦਿੰਦੇ ਨੇ। ਤੁਰ ਪਿੱਟੇ ਮੂੰਹ ਬੱਟਣ ਚ ਨਹਾਉਣੀ ਜਾਤ। ਓਏ ਖੜ ਜਾ ਓਏ ਓਏ ਖੜ ਜਾ, ਓਏ ਸਾਲਾ ਥੁੱਕ ਚ ਹੱਥ ਮਾਰੀ ਜਾਊ। ਇੱਧਰ ਦੇਖ ਲੈ ਫੜ, ਕਿਉਂ ਓਏ ਸਾਡੇ ਨਾਲ ਰਹੋਗੇ ਤੋ ਐਸ਼ ਕਰੋਗੇ, ਸਾਡੇ ਨਾਲ ਰਹੋਗੇ ਤੋ ਐਸ਼ ਕਰੋਗੇ। ਟਿਉ 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 ਟਿਉ। ਫੌਜੀ ਸਾਹਿਬ ਘਰੇ ਹੀ ਹੋ? ਆਇਓ ਜੀ ਆਇਓ, ਲੰਘਿਓ ਸਰਪੰਚ ਸਾਹਿਬ। ਸਤਿ ਸ੍ਰੀ ਅਕਾਲ ਭਾਈ ਜੀ, ਸਤਿ ਸ੍ਰੀ ਅਕਾਲ। ਹੋਰ ਸੁਣਾਓ ਕੀ ਹਾਲ ਹੈ? ਠੀਕ ਹੈ ਜੀ, ਤੁਸੀਂ ਸੁਣਾਓ ਕਿਵੇਂ ਆਉਣੇ ਹੋਏ? ਉਹ ਆਉਣੇ ਕਾਹਦੇ ਹੋਏ ਜੀ, ਮੈਂ ਤਾਂ ਗੱਲ ਸੁਣ ਕੇ ਹੈਰਾਨ ਹੋ ਗਿਆ। ਅਖੇ ਫੌਜੀ ਸਾਹਿਬ ਪਾਲੂ ਨੂੰ ਸਾਗ ਕਰਦੇ, ਭਲਾ ਪਾਲੂ ਚ ਕਿਹੜਾ ਗੁਣ ਹੈ ਸਾਗ ਕਰਨ ਵਾਲਾ? ਫੀਮ ਉਹ ਖਾਂਦਾ, ਭੁੱਕੀ ਉਹ ਖਾਂਦਾ, ਚੋਰੀਆਂ ਉਹ ਕਰਦਾ, ਆਥਣੇ ਦਾਰੂ ਨੂੰ ਮੂੰਹ ਮਾਰਦਾ। ਭਲਾ ਐਂ ਦੱਸੋ ਫੌਜੀ ਸਾਹਿਬ, ਅਖੇ ਜੇ ਮੁੰਡੇ ਨੂੰ ਸਾਗ ਕਰਕੇ ਕੀ ਤਰ ਜਾਓਗੇ? ਤੁਸੀਂ ਮੈਨੂੰ ਦੱਸੋ, ਮੈਨੂੰ ਵੀ ਮੁੰਡੇ ਮੇਰੇ ਹੱਥ ਚ, ਆਥਣ ਨੂੰ ਸਾਗ ਕਰਾ ਦੂ ਆਥਣ ਨੂੰ। ਗੱਲ ਸੁਣੋ ਸਰਪੰਚ, ਤੇਰੀਆਂ ਕਰਤੂਤਾਂ ਸਾਰੀਆਂ ਦੱਸਦੀਆਂ ਸਵਰਨੇ ਨੇ, ਚੰਗੀ ਚਾਹੋ ਨਾ ਮੇਰੇ ਘਰੋਂ ਬਾਹਰ ਹੋ ਜਾ। ਅਜੇ ਦਿਮਾਗ ਤੇਰਾ ਗਰਮ ਹੈ ਫੌਜੀ ਸਾਹਿਬ, ਠੰਡੇ ਦਿਮਾਗ ਨਾਲ ਸੋਚੀ, ਠੰਡੇ ਦਿਮਾਗ ਨਾਲ ਭਗਤਾਂ ਮੈਂ ਜਾਣਾ। ਸਰਪੰਚ ਇੱਕ ਗੱਲ ਹੋਰ ਸੁਣ ਜਾ,
ਪਾਲੂ ਅੱਜ ਤੋਂ ਬਾਅਦ ਜਵਾਈ ਹੈ ਮੇਰਾ ਜਵਾਈ ਅੱਜ ਤੋਂ ਬਾਅਦ ਉਹਦੀ ਹਵਾ ਵੱਲ ਝਾਕ ਕੇ ਦੇਖੀ ਫਿਰ ਮੈਂ ਦੱਸੂ ਤੈਨੂੰ ਫੌਜੀ ਕੀ ਹੁੰਦੇ ਨੇ ਉਹ ਦੇਖ ਲਾਂਗੇ ਓਏ ਵੱਡਾ ਚੁਗਲਖੋਰ ਜਾਗੋ ਕੱਢਣੀ ਮੜਕ ਨਾਲੀ ਤੁਰਨਾ ਵੀ ਵਿਆਹ ਸਾਡੇ ਪਾਲੂ ਦਾ ਜਾਗੋ ਕੱਢਣੀ ਮੜਕ ਨਾਲੀ ਤੁਰਨਾ ਵੀ ਵਿਆਹ ਸਾਡੇ ਪਾਲੂ ਦਾ ਜਾਗੋ ਕੱਢਣੀ ਮੜਕ ਨਾਲੀ ਤੁਰਨਾ ਵੀ ਵਿਆਹ ਸਾਡੇ ਮੁਕਰ ਗਈ ਮਿੱਠੇ ਸੰਤਰੇ ਖਾ ਕੇ ਹੁਣ ਕਿਉਂ ਮੁਕਰ ਗਈ ਮਿੱਠੇ ਸੰਤਰੇ
ਸਰੂ ਜਿਹਾ ਕੱਦ ਕਹਿੰਦਾ ਸੋਲ ਪੇ ਦੀ ਲਾਟ ਪਿੰਡ ਸਿਫਤਾ ਕਰੇ ਤਾਈਓ ਤਾਂ ਵਿਚਾਰੇ ਫਿਰ ਬਾਪੂ ਹੋਰੀ ਮੰਜਾ ਲੈ ਕੇ ਵਾਰ ਲੈ ਕਰੇ ਉਹ ਬਾਲੂ ਜਿਹਾ ਉਹ ਇੱਕ ਗੱਲ ਆ ਮੇਰੇ ਯਾਰ ਓਏ ਭਾਬੀ ਦਾ ਬੁਲਾ ਸੋਹਣੀ ਹੈ ਓਏ ਵਾਲੀ ਸੋਹਣੀ ਹੈ ਕੰਜਰ ਦੀ ਓ ਬਾਰੂ ਗੱਲ ਸੁਣ ਜੇ ਕਿਤੇ ਘਰੇ ਜਾਵੇ ਤੂੰ ਮੈਂ ਤੈਨੂੰ ਚਾਹ ਪਿਆ ਕੇ ਦਿਖਾਵਾਂ ਨਾ ਉਹਦੇ ਹੱਥਾਂ ਦੀ ਬਣੀ ਅੱਛਾ ਮੰਨ ਜਾਏਗਾ ਧਰਮ ਨਾਲ ਲੈ ਮੈਂ ਕਿਹਾ ਦੇਖ ਚੱਲ ਚੱਲ ਫਿਰ ਘਰੇ ਚੱਲ ਫਿਰ ਚੱਲੀ ਹਾਂ ਚੱਲੀਏ ਵਾਲੀ ਸਵਾਲ ਹੋਰ ਫਿਰ ਵਿੱਕੀ ਸਾਡੇ ਪਿੰਡ ਰੈਸਰ ਕਿੱਦਾਂ ਆਉਣਾ ਹੋਇਆ ਤੇਰਾ ਉਹ ਯਾਰ ਇੱਕ ਨਾ ਸ਼ੂਟਿੰਗ ਜੀ ਸੀਗੀ ਮੈਂ ਕਿਹਾ ਚੱਲ ਲੋਕੇਸ਼ਨ ਦੇਖ ਆਵਾਂ ਏਦਾਂ ਦੀ ਕੰਧ ਜੀ ਚਾਹੀਦੀ ਸੀ ਪੁਰਾਣੀ ਜੀ ਛੋਟੀਆਂ ਇੱਟਾਂ ਦੀ ਅੱਛਾ ਅੱਛਾ ਇਹ ਦੇਖ ਕੇ ਮੈਂ ਖੜਾ ਹੋ ਗਿਆ ਅੱਛਾ ਅੱਛਾ ਹੋਰ ਕੁਛ ਕਰਿਆ ਨਵਾਂ ਕਰਿਆ ਕੁਛ ਹਾਂ ਇੱਕ ਸੀੜੀ ਕੀਤੀ ਅਮਲੀ ਦਾ ਵਿਆਹ ਅੱਛਾ ਅੱਛਾ ਇੱਕ ਨਵੀਂ ਹੋਰ ਕਰ ਰਹੇ ਫਿਰ ਉਸੇ ਦੇ ਸੰਦਰਭ ਚ ਆਇਆ ਸੀ ਮੈਂ ਕਿਹਾ ਦੇਖ ਲਈ ਲੋਕੇਸ਼ਨ ਅੱਛਾ ਅੱਛਾ ਠੀਕ ਹੋਰ ਤੂੰ ਸੁਣਾ ਕੀ ਬਣ ਹੋਰ ਕਿੱਦਾਂ ਚੱਲ ਰਿਹਾ ਕੰਮ ਕਰ ਰਾਜੇ ਬਾਈ 2 ਰੁਪਏ ਦਿੰਦੇ ਯਾਰ ਬੀੜੀ ਲੈਣੀ ਹੈ ਉਹ ਇੱਕ ਮਿੰਟ ਆ ਸਾਡੇ ਪਿੰਡ ਦਾ ਨਾ ਅਮਲੀ ਹੈ ਇਹਨੂੰ ਕਿਤੇ ਰੋਲ ਰਾਲ ਕਿਤੇ ਮਿਲ ਸਕਦਾ
ਮੁਖਦਿਆ ਕੋਏ ਮੈਂ ਚੱਲਿਆ ਫੇਰ ਥਾਣੇ ਨੂੰ। ਦੇਖੀ ਮੈਨੂੰ ਤਾਂ ਤੇਰੀ ਬਾਲੀ ਪੀਤੀ ਲੱਗਦੀ ਹੈ, ਨਾ ਜਾਵੇਂ ਤਾਂ ਹੀ ਚੰਗਾ, ਨਾਲੇ ਮੇਰੀ ਸੱਜੀ ਅੱਖ ਫਰਕੀ ਜਾਂਦੀ ਹੈ, ਕਿਤੇ ਹੋਰ ਹੀ ਨਾ ਜਾ ਜਾਂਦੀ ਹੋ ਜੇ। ਓਏ ਆਪਣਾ ਛੇਰਾ ਫੜਿਆ ਗਿਆ ਭੁੱਕੀ ਚ, ਮੈਂ ਚੱਲਿਆ ਸਰਦਾਰ ਕੋਲੇ, ਹੁਣੇ ਛਿੜਾ ਕੇ ਲਿਆਉ ਹੁਣੇ, ਫਿਕਰ ਨਾ ਕਰੀ। ਦੇਖੀ ਹਾੜੇ ਕਵੇਲਾ ਨਾ ਕਰੀ, ਸੁਨੇਹਾ ਹੀ ਮੁੜਿਆ ਹੀ। ਓਏ ਆਜੂ ਬਰਡੇ ਮਲਾਜੇ ਆਲੀ ਆ ਗਈ, ਆਜੂਗਾ ਛੇਤੀ ਹੋਈ, ਤੂੰ ਫਿਕਰ ਨਾ ਕਰ, ਬਣਾ ਕੇ ਅੱਖ ਰੋਟੀ ਰਾਟੀ, ਮੈਂ ਭਰ ਕੇ ਆਇਆ। ਕੁੜੇ ਜਿਉਂਦੀ ਬਸਦੀ ਰਹਿ ਪੁੱਤ, ਤੇਰਾ ਸਾਗ ਬਣਿਆ ਰਹੇ, ਨੀ ਧੀਏ ਦੁੱਧੀ ਨਾਵੇਂ ਪੁੱਤੀ ਫੜੇ, ਬਸ ਕਰ ਪੁੱਤ ਤੂੰ ਥੱਕ ਗਈ ਹੋਏਗੀ। ਬੇਬੇ ਜੀ ਲੱਗਦਾ ਤਾਏ ਤੇ ਤਾਈ ਜੀ ਆ ਰਹੇ। ਪਾਲੂ ਪੁੱਤ ਘਰੇ ਹੈ, ਹੁਣ ਮੇਰੇ ਦਰ ਤੇ ਕੀ ਲੈਣ ਆਇਆ ਵੇ ਜੱਟਾ। ਪ੍ਰਤਾਪ ਕੁਰੇ, ਅੱਜ ਮੈਂ ਕੁਛ ਲੈਣ ਨੀ ਤੈਨੂੰ ਕੁਛ ਦੇਣ ਆਇਆ। ਦੇਣ ਆਇਆ ਵੇ? ਹੁਣ ਕੀ ਦੇਣ ਆਇਆ? ਰੰਡੀ ਤੈ ਮੈਨੂੰ ਕਰਤਾ, ਜ਼ਮੀਨ ਮੇਰੀ ਤੈ ਹੜੱਪ ਲਈ, ਪੁੱਤ ਮੇਰਾ ਤੈ ਅਮਲੀ ਬਣਾਤਾ, ਹੋਰ ਵੀ ਕੁਛ ਬਾਕੀ ਰਹਿ ਗਿਆ ਜਿਹੜਾ ਹੁਣ ਤੂੰ ਅੱਜ ਦੋਹੇ ਤੁਸੀਂ ਮੇਰੀ ਜ਼ਖਮਾਂ ਤੇ ਲੂਣ ਭੁੱਕਣ ਆ ਗਏ ਇੱਥੇ। ਪ੍ਰਤਾਪੀ ਭੈਣੇ, ਅਸੀਂ ਤੇਰੇ ਜ਼ਖਮਾਂ ਤੇ ਲੂਣ ਭੁੱਕਣ ਨਹੀਂ ਆਏ ਅੱਜ, ਤੂੰ ਪਿਛਲੀਆਂ ਹੋਈਆਂ ਸਭ ਗੱਲਾਂ ਭੁੱਲ ਜਾ। ਕੀ ਹੋਇਆ ਜੇ ਮੈਂ ਢਿੱਡੋਂ ਨੀ ਫੁੱਟੀ? ਪਰ ਇਹ ਤਾਂ ਨੀ ਵੀ ਮੇਰੇ ਚ ਮਾਂ ਦੀ ਮਮਤਾ ਨੀ। ਸਿਆਣੇ ਕਹਿੰਦੇ ਨੇ ਜੇ ਤੜਕੇ ਦਾ ਭੁੱਲਿਆ ਸ਼ਾਮ ਨੂੰ ਘਰੇ ਆ ਜੇ ਤਾਂ ਉਹਨੂੰ ਭੁੱਲਿਆ ਨਾ ਜਾਣਗੇ। ਪ੍ਰਤਾਪ ਪੁਰੇ, ਮੈਂ ਪਾਪੀ ਹਾਂ, ਮੈਂ ਤੇਰਾ ਗੁਨਾਹਗਾਰ ਹਾਂ, ਮੈਂ ਤੇਥੋਂ ਦੋਏ ਹੱਥ ਜੋੜ ਕੇ ਮਾਫ਼ੀ ਮੰਗਦਾ ਪ੍ਰਤਾਪ ਪੁਰੇ। ਆ ਮੇਰੇ ਪਾਲੂ ਨੇ ਆਪਦੇ ਤਾਏ ਦੀ ਜ਼ਿੰਦਗੀ ਬਚਾ ਕੇ ਜਿਹੜੀ ਮੇਰੇ ਤੇ ਕੁਰਬਾਨੀ ਕੀਤੀ ਹੈ, ਉਹਦਾ ਮੈਂ ਸਾਰੀ ਉਮਰ ਦੇਣ ਨਹੀਂ ਦੇ ਸਕਦੀ, ਤੇ ਅੱਜ ਤੋਂ ਆ ਸਾਡੀ ਸਾਰੀ ਜਾਇਦਾਦ ਦਾ ਇਹ ਮਾਲਕ ਹੈ। ਪਾਲੂ ਸਾਡਾ ਤੇ ਅਸੀਂ ਪਾਲੂ ਦੇ। ਚੱਲ ਕੁੜੇ ਪੁੱਤ, ਆਪਣੇ ਤਾਏ ਤਾਏ ਦੇ ਘਰੇ ਹੱਥ ਲਾ। ਉਹਦੇ ਰੋਕ, ਉਹਦੇ ਰੋਕ। ਇਹ ਸੀ ਮੇਰੀ ਜ਼ਿੰਦਗੀ ਦੀ ਕਹਾਣੀ। ਮੈਂ ਤੁਹਾਡੇ ਕੋਲੋਂ ਆਸ ਕਰਦਾ ਹਾਂ ਕਿ ਤੁਸੀਂ ਵੀ ਨਸ਼ਿਆਂ ਪ੍ਰਤੀ ਲੋਕਾਂ ਨੂੰ ਜਾਗਰਤ ਕਰਨ ਵਿੱਚ ਮੇਰਾ ਸਹਿਯੋਗ ਦੇਵੋਗੇ। ਮੈਂ ਇੱਕ ਨਾਰਾ ਲਾਵਾਂਗਾ, ਤੁਸੀਂ ਉਸ ਦਾ ਨਾਰੇ ਦੇ ਵਿੱਚ ਹੀ ਜਵਾਬ ਦੇਣਾ। ਨਸ਼ੇ ਛੱਡੋ, ਨਸ਼ੇ ਛੱਡੋ, ਨਸ਼ੇ ਛੱਡੋ। ਪਾਲੂ ਅਮਲੀ, ਪਾਲੂ ਅਮਲੀ, ਪਾਲੂ ਆਇਆ ਅਮਲੀ ਆਇਆ, ਪਾਲੂ ਆਇਆ ਅਮਲੀ ਆਇਆ, ਪਾਲੂ ਅਮਲੀ, ਪਾਲੂ ਅਮਲੀ, ਪਾਲੂ ਅਮਲੀ, ਪਾਲੂ ਅਮਲੀ, ਪਾਲੂ ਆਇਆ ਅਮਲੀ ਆਇਆ, ਪਾਲੂ ਆਇਆ ਅਮਲੀ ਆਇਆ, ਪਾਲੂ ਅਮਲੀ, ਪਾਲੂ ਅਮਲੀ, ਪਾਲੂ ਅਮਲੀ, ਪਾਲੂ ਅਮਲੀ, ਪਾਲੂ ਆਇਆ।